अस्सलाम वालेकुम जी। वालेकुम सलाम। हाँ जी, की हाल चाल है? ठीक ठाक हो? हाँ जी अल्हम्दुलिल्लाह, तू ही सुनाओ शाही। ठीक करम अल्लाह पाक दा, ते को थोड़ा अपना तारफ करा दियो सामा जी। हाँ जी जी, तमाम शकीन भरावां दा की हाल है? ठीक हो जी, मैं सामा मोहल। ठीक है, सर जी साहब दा शगीर दा जी। ठीक हो गया। ते अपने वसीम भाई ने डेढ़ा तो। ठीक है, डेढ़ पिंड तो। हाँ जी, होर वसीम भाई ठीक हो? शुक्र अल्लाह शाही, तू ही सुनाओ। अल्हम्दुलिल्लाह जी, करम अल्लाह पाक। नाज़रीन, ये दोस्त है मेरे करीब रहने वाले, तो आज आए हैं तो इनके साथ मैंने कहा शौक की गपशप करते हैं। वैसे भी भाई के पास परिंदे थे बड़े खूबसूरत पले हुए, मेरा टाइम नहीं लग सका तो मजबूरन भाई को आना पड़ा। बड़ा दिल था मेरा भी मिलने को, लेकिन माजरत, मैं इनके पास जा नहीं सका था। तो इनके कुछ परिंदों का भी शौक करवाऊंगा, उससे पहले शौक की गपशप करते हैं। सामा जी, कितना अरसा हो गया तुम्हें शौक कर दें? तकरीबन कुछ आई हो गए 13-14 साल हो गए ने। 13-14 साल हो गए ने। हां जी ठीक है। ते केड़े परिंदे तुसी रखे हुए ने जी? पाकिस्तानी रखे ने, वलायती नहीं रखे असी। पाकिस्तानी रखे? ठीक हो गया। हां जी, अपने ठीक है, कुछ मदारी ने। ठीक है, जिहड़ा कुकड़ मेरा टोपला राजा यादव साहब ने खरीदया, कुछ उंदी ब्लड लाइन च दो कु परिंदे पए ने टोपले चो भी। हां जी ठीक हो गया, बस इना वो अपना सेटअप है। माशाल्लाह माशाल्लाह। अज जी वसीम भाई, तुसी सुनाओ, तुहानू किन्ना अरसा हो गया शौक करदियां? मैनू शायद तकरीबन 8-9 साल हो गए ने। 8-9 साल हो गए ने। ठीक है, ते तुसी केड़े-केड़े को परिंदे रखे हुए ने? मेरे को शाही परिंदे है ने उस्ताद नन्ना बताले वाला, ओना दे शगिर्द सन हाजी जमील गुजराले तो। गुजराले तो। ठीक है, उस तो बाद को ओना दे शगिर्द ने इमरान, उस्ताद इमरान कामोगी वाले। उस्ताद इमरान कामोगी वाले नन्ने वाले बताले, जेरे उस्ताद नन्ना बताले वाले ने, ओना दी ब्लड लाइन दे विचो परिंदे ने। ठीक है, कुछ विच पार मिक्स कीता सी राणा सदर साहब हरा को लेके। ठीक है, नार ओना को लिया सी, ਤੇ ਮਾਦੀਆਂ ਜਿਹੜੀਆਂ ਸੀ ਉਹ ਸਾਡੀਆਂ ਹੈਗੀਆਂ ਸਨ ਹਿੰਟ ਤੁਰਕਸ਼। ਮਤਲਬ ਨਰ ਪਾਕੋ ਬਰੀਡ ਚ ਹੋ ਗਿਆ। ਹਾਂਜੀ, ਤੇ ਮਾਦੀਆਂ ਜਿਹੜੀਆਂ ਤੁਰਕਸ਼ ਸਨ। ਤੁਰਕਸ਼ ਇਹ ਜਿਹੜੀਆਂ ਪੱਠੀਆਂ ਤੁਸੀਂ ਸਾਨੂੰ ਵਹਾ ਰਹੇ ਹੋ ਜਿਹੜੀਆਂ, ਇਹ ਪੱਠੀਆਂ ਵੀ ਇਸੇ ਬਲੱਡ ਲਾਈਨ ਦੇ ਵਿੱਚੋਂ? ਪੱਠੀਆਂ ਵੀ ਇਸੇ ਕਨਫਰਮ ਇਸੇ, ਜਿਹੜਾ ਤੁਸੀਂ ਦੱਸਿਆ ਸੀ ਕਿ ਪਾਕੋ ਮੁਰਗੇ ਦੀਆਂ ਪੱਠੀਆਂ ਨੇ ਤੇ ਤੁਰਕਸ਼ ਜਿਹੜਾ ਮੁਰਗ ਸੀ ਮੁਰਗੀ ਸੋਰੀ ਤੁਰਕਸ਼ ਸੀ। ਇਹ ਇਹ ਇੱਕ ਹੀ ਜੋੜੇ ਦੇ ਬੱਚੇ ਨੇ ਜੀ? ਹਾਂਜੀ, ਇੱਕੋ ਜੋੜੇ ਦੇ ਬੱਚੇ, ਸੇਮ ਕਲਾਸ ਦੇ ਵਿੱਚ। ਸੇਮ ਕਲਾਸ। ਏਜ ਇਹਨਾਂ ਦੀ ਤਕਰੀਬਨ ਕਿੰਨੀ ਹੋ ਗਈ ਹੈ? ਏਜ ਤਕਰੀਬਨ ਹੈ ਕੁਝ 6 ਮਹੀਨੇ ਦੀ ਹੈਗੀ ਹੈ। 6 ਮਹੀਨੇ ਦੇ ਹੋ। ਅੱਛਾ, ਤੇ ਇਹ ਦੱਸੋ ਕਿ ਇਹਨਾਂ ਦਾ ਰਿਜ਼ਲਟ ਕਿਵੇਂ ਦਾ ਰਿਹਾ ਤੁਹਾਡੇ ਕੋਲ? ਇਹਨਾਂ ਦਾ ਰਿਜ਼ਲਟ ਜੀ, ਸਾਡੇ ਕੋਲ ਇਹਨਾਂ ਦੇ 2 ਮਾਮੇ ਲੜੇ ਨੇ ਪਿਛਲੇ ਸੀਜ਼ਨ। ਅੱਛਾ ਜੀ। ਮਾਸ਼ਾਅੱਲਾ, ਇੱਕ 3 ਕੁਸ਼ਤੀਆਂ ਵਿਨ ਹੋਇਆ। ਠੀਕ ਹੈ। ਤੇ ਇੱਕ 2 ਕੁਸ਼ਤੀਆਂ ਵਿਨ ਹੋਇਆ। ਇੱਕ 2 ਪੇੜ ਔਰ ਇੱਕ 3 ਪੇੜ। 3 ਪੇੜ ਵਿਨ ਹੋਇਆ। ਬਿਲਕੁਲ ਠੀਕ ਹੈ। ਅਗੋ ਇਹਨਾਂ ਦਾ ਸੱਕਾ ਭਰਾ ਪਿਛਲੀ ਝੋਲੀ ਦਾ ਜਿਹੜਾ ਸੀ ਨਾ, ਉਹ ਸਾਡੇ ਕੋਲ ਇੱਥੇ ਤਾਰ ਗੁਜਰ ਤੋਂ ਵਿਨ ਹੋਇਆ। ਮਤਲਬ ਇਸ ਤੋਂ ਪਿਛਲੇ ਕਲਾਸ ਦਾ ਜਿਹੜਾ? ਹਾਂਜੀ, ਪਿਛਲੇ ਕਲਾਸ ਦਾ। ਠੀਕ ਹੋ ਗਿਆ। ਮਤਲਬ ਕਿ ਇਹਨਾਂ ਦੇ ਫਿਰ ਰਿਜ਼ਲਟ ਬੜੇ ਬਿਹਤਰੀਨ ਨੇ ਪੀੜਾਂ ਦੇ। ਬਿਲਕੁਲ ਠੀਕ ਹੋ ਗਿਆ। ਤੇ ਪਾਕਿਸਤਾਨੀ ਕੁਕੜਾਂ ਦਾ ਵੀ ਸ਼ੌਕ ਕਦੀ ਤੇ ਤੁਸੀਂ ਰੱਖਦੇ ਸੀ? ਪਾਕਿਸਤਾਨੀ ਪਰਿੰਦੇ ਸਟਾਰਟਿੰਗ ਪਾਕਿਸਤਾਨੀ ਬਲੱਡ ਲਾਈਨ ਤੋਂ ਹੀ ਹੋਈ ਸੀ। ਬਿਲਕੁਲ ਠੀਕ ਹੈ। ਹੋਏਗੇ ਸਨ ਮਦਾਰੀ ਵਾਲੇ ਪੀਲੇ। ਠੀਕ ਹੈ। ਉਹ ਕਿਤੋਂ ਗਿਫਟ ਆਏ ਸਨ 2 ਬੱਚੇ। ਬਿਲਕੁਲ ਠੀਕ ਹੈ। ਉਸ ਤੋਂ ਬਾਅਦ ਸਾਈਵਾਲ ਤੋਂ ਲੈਂਦੇ ਸਨ ਚੂੜੀ ਕਰਾਂ ਦੇ ਜਾਨਵਰ। ਬਿਲਕੁਲ ਠੀਕ ਹੈ। ਉਹ ਪਾਕਿਸਤਾਨੀ ਬਲੱਡ ਲਾਈਨ ਜਿਹੜਾ ਤੁਹਾਡੇ ਕੋਲ 1 ਲੱਖਾ ਸ਼ਾਇਦ ਪੱਠਾ ਇੱਕ ਹੋਇਆ ਸੀ, ਕਾਣਾ ਸ਼ਾਇਦ, ਕੀ ਹੁੰਦਾ ਨਾਮ? 1 ਲੱਖਾ ਪੱਠਾ ਹੋਇਆ ਸੀ, ਉਹ ਚੂੜੀ ਕਰਾਂ ਕੋ ਆਇਆ ਸੀ। ਚੂੜੀ ਕਰਾਂ ਕੋ ਆਇਆ ਸੀ ਸਾਈਵਾਲ ਤੋਂ। ਠੀਕ ਹੈ। ਤੇ ਤੁਸੀਂ ਸੁਣਾਓ, ਤੁਸੀਂ ਕੀ ਕਹਿੰਦੇ? ਤੁਸੀਂ ਪਾਕਿਸਤਾਨੀਆਂ ਦੇ ਜੇ? ਹਾਂਜੀ। ਕਿ ਪਾਕਿਸਤਾਨੀ ਅੱਛੇ ਨੇ? ਹਾਂਜੀ, ਪਾਕਿਸਤਾਨੀ ਅਸੀਲ ਜਿਹੜੇ ਨੇ ਉਹ ਵੇਖੋ ਜੀ, ਲੜਾਈ ਦੇ ਵੀ ਅੱਛੇ ਨੇ, ਬਰਦਾਸ਼ਤ ਦੇ ਵੀ ਅੱਛੇ ਨੇ। ਠੀਕ ਹੈ। ਉਹਨਾਂ ਤੋਂ ਹਟ ਕੇ ਵਿਲਾਇਤੀ ਨਾ ਉਹਨਾਂ ਵਰਗੀ ਬਰਦਾਸ਼ਤ ਕਰਦੇ ਨੇ। ਅੱਛਾ। ਨਾ ਉਹਨਾਂ ਦੀ ਲੜਾਈ ਕਰਦੇ ਨੇ। ਬਸ ਅੱਜ ਕੱਲ ਜਿਹੜਾ ਸ਼ੌਕ ਹੈ ਨਾ ਲੋਕਾਂ ਦਾ, ਉਹ ਹਰ ਬੰਦੇ ਦਾ ਆਪਣਾ ਆਪਣਾ ਜ਼ਿਹਨ ਬਣ ਗਿਆ। ਜਦੋਂ ਉਹਨਾਂ ਨੂੰ ਪੁੱਛੀਏ ਨਾ, ਉਹ ਕਹਿੰਦੇ ਨੇ ਜੀ ਇਹ ਵੀ ਬਹੁਤ ਬਰਦਾਸ਼ਤੀ ਨੇ। ਲੇਕਿਨ ਅਸਲ ਤੇ ਗੇਮ ਵੇਖੀਏ, ਪਾਕਿਸਤਾਨੀਆਂ ਦਾ ਸ਼ੌਕ ਸਾਡੇ ਜ਼ਿਲ੍ਹਾ ਲਾਹੌਰ ਦੇ ਵਿੱਚ, ਸ਼ੇਖੂਪੁਰਾ, ਗੁਜਰਾਂਵਾਲਾ, ਸਿਆਲਕੋਟ ਤੇ ਖਤਮ ਹੋ ਚੁੱਕਿਆ ਹੋਇਆ। ਹਾਂਜੀ। ਇਹ ਮਤਲਬ ਬਾਹਰ ਦੇ ਜ਼ਿਲ੍ਹੇ ਜਿਹੜੇ ਸਾਈਵਾਲ, ਕਮਾਲੀਆ, ਇਧਰ ਕੋ ਸ਼ੌਕ ਬਚਿਆ ਹੋਇਆ। ਹਾਂਜੀ ਬਿਲਕੁਲ ਠੀਕ। ਅੱਛੇ ਅਸੀਲ ਨੇ ਸ਼ਾਹ ਜੀ, ਉਹਨਾਂ ਦਾ ਪੀੜਾਂ ਦਾ ਰਿਜ਼ਲਟ ਵੀ ਅੱਛਾ, ਅੱਗੋਂ ਵੀ ਅੱਛੇ ਰਿਜ਼ਲਟ ਦਿੰਦੇ ਨੇ। ਬੱਚੇ ਕਢਾਓ, ਬਰੀਡਿੰਗ ਕਰਵਾਓ, ਬੜਾ ਅੱਛਾ ਰਿਜ਼ਲਟ ਉਹਨਾਂ ਦਾ। ਠੀਕ ਹੈ। ਹਾਂਜੀ, ਤੇ ਮੇਰਾ ਇੱਕ ਬਾਂਕਾ ਕੁੱਕੜ ਹੋਇਆ ਪਾਕਿਸਤਾਨੀ ਜੀ, ਉਹ ਮਾਸ਼ਾਅੱਲਾ 3 ਕੁਸ਼ਤੀਆਂ ਵਧਾਏ ਮਹੀਨੇ ਦੇ ਵਿੱਚ। ਮਹੀਨੇ ਦੇ ਵਿੱਚ 3? ਹਾਂ ਬਿਲਕੁਲ, ਬਾਂਕਾ ਵੇਖਿਆ ਦਰਮਿਆਨੇ ਕਾਦਾ। ਇਹ ਮੇਰੇ ਖਿਆਲ ਨਾਲ ਮੀਆਂ ਵਾਲੀ ਮਿਕਸ ਹੀ ਸ਼ਾਇਦ, ਇਹਦੇ ਚ ਮਰੋਇਆ ਟੱਚ ਸੀ ਥੋੜਾ ਜਿਹਾ, ਅਮਰੋਇਆ ਕਰਾਸ ਸੀ। ਹਾਂਜੀ ਬਿਲਕੁਲ ਠੀਕ ਹੈ। ਇਹ ਮਹੀਨੇ ਦੇ ਵਿੱਚ 3 ਪਿੜ ਵਧਿਆ। ਵੇਖੋ ਜੀ, ਪਾਕਿਸਤਾਨੀ ਸੀ, ਉਹਨੇ 2 ਕੁਸ਼ਤੀਆਂ ਬਲੈਤੀਆਂ ਨੂੰ ਮਾਰਿਆ। ਅੱਛਾ, ਬਲੈਤੀਆਂ ਦੇ ਨਾਲ? ਹਾਂਜੀ। ਕੀ ਬਾਤ, ਪਾਕਿਸਤਾਨੀ ਅੱਛਾ ਹੋਵੇ ਤੇ ਬਲੈਤੀਆਂ ਨੂੰ ਅਸਲ ਜਿੰਦੇ ਵਿੱਚ ਮੇਰੇ ਹਿਸਾਬ ਨਾਲ ਕਿੱਲਾਂ ਦੀ ਐਵਰੇਜ ਅੱਛੀ ਹੈ ਨਾ ਜੀ। ਹਾਂਜੀ, ਜਿੰਦੇ ਵਿੱਚ ਕਿੱਲਾਂ ਦੀ ਐਵਰੇਜ ਅੱਛੀ, ਉਹ ਪਰਿੰਦਾ ਜ਼ਿਆਦਾ ਅੱਛਾ ਸਮਝਿਆ ਜਾਂਦਾ, ਚਾਹੇ ਉਹ ਇੰਪੋਰਟਡ ਹੈ ਚਾਹੇ ਪਾਕਿਸਤਾਨੀ। ਔਰ ਅਗਰ ਮੀਆਂ ਵਾਲੀ ਦੀ ਗੱਲ ਕਰੀਏ, ਮੇਰੇ ਹਿਸਾਬ ਨਾਲ ਮੀਆਂ ਵਾਲੀ ਦੇ ਕੁੱਕੜ ਫਿਰ ਕਿੱਲਬਾਜ਼ ਆਲ ਵਰਲਡ ਦੇ ਉੱਤੇ ਮੰਨੇ ਨੇ ਨਾ, ਕਿ ਪੂਰੀ ਦੁਨੀਆ ਉਹਨਾਂ ਨੂੰ ਜਾਣਦੀ ਹੈ ਖੁੱਲੇ ਕੰਡਿਆਂ ਦੇ ਹਵਾਲੇ ਨਾਲ ਜਾਂ ਕਿੱਲਬਾਜ਼ੀ ਦੇ ਹਵਾਲੇ ਦੇ ਨਾਲ, ਬਲਕਿ ਤੁਹਾਡੇ ਬਾਂਕੇ ਦਾ ਮਿਲਦਾ ਚੂਚਾ ਵੀ ਇੱਥੇ ਸਾਡੇ ਕੋਲ ਫਿਰਦਾ। ਹਾਂਜੀ ਸਹੀ ਹੈ ਬਾਈ। ਉਹ ਕਿੱਥੇ ਜੇ ਚੂਜ਼ਾ ਪੀਲਾ?
चलो लेके आ भी शौक करवाने उसे बांके दा चूजा पीला फिर दा चलो उंदा रिजल्ट चेक कर लो तुसी हां जी उंदा किन्ना अच्छा रिजल्ट भी किन्ना अच्छा हुंदा अपना भी आया ते माशाल्लाह कुकड़ो अपने जाया हो गया सी ते कोई गल नहीं अगो बच्चा नसीबा दी गल है अल्लाह पाक बेहतरीन नेमत बदल देवे अल्लाह दी जिंदगी करे अगो इंदा शौक करांगे बिल्कुल ठीक है ते एक मैं मशवरा ना दियां तानू एडे सोहने कुकड़ ने तुहाडे हां जी ते जे तुसी पीड़ां दे काम तो बाद आ जाओ ते चंगी गल नहीं हां जी ये बड़ी अच्छी गल है शाह जी क्योंकि असल ते वेखो गुनाह वाला काम है असी लोग बाद नहीं आंदे ठीक है ते बच जाना बेहतर है हां जी बुराई तो बचना ही चाहिए बुराई वाला काम नहीं करना चाहिए बिल्कुल बिल्कुल हां जी चलो अच्छी गल है जी वेखो मेरे मशवरा दित्या कोई एक भरा भी मेरी मान लैंदा ना ते मेरे ख्याल ना मेरा फर्ज अदा हो जांदा जी ते दूजा तैयब भाई यार ओ मुर्गा काला गर्मी मना रहा मुर्गा खोलो बल्कि परिंदे अपने सारे खोल दियो नहीं ते ओ मुर्गा जिहड़ियां पट्ठियां नाल खुड्डे दे विच बंद ने ओ खोल दियो ते सामा जी फिर इंज करो सानू कु परिंदियां दा शौक कराओ जिहड़ियां पट्ठियां तुहाडे कोल इन्हां दा जरा मूँह साफ करो ते फिर नाजरीन नूं उहनां दा शौक करवाइए उस तो पट्ठियां बड़ी म्यारी है माशाल्लाह पट्ठी का चेहरा चेक करें बहुत ज़्यादा खूबसूरत है लंबा चेहरा है मुड़ा हुआ इसका नोका है और आँखों का म्यार बड़ा ज़बरदस्त है ये आप करीब से चेक करें उम्मीद है पट्ठी पसंद आएगी आपको देखें नाक के नथने और इसकी पलकें काली आ रही हैं मैं पल्ले छल्ले आपको दिखाता हूँ ये पल्लों का घेरा आप चेक करें पट्ठी का लंबी और चौड़ी कनियाँ कुरीज बड़ी खूबसूरत कंप्लीट की है और कलर भी माशाल्लाह पूरी शाइन में है जी ये पट्ठी की आप नलियाँ चेक करें काली नलियाँ पट्ठियाँ तो इम्पोर्टेड ब्लड में से हैं लेकिन इसकी लुक जो है नली की आप चेक करें जिस तरह बशीर वालों से मिलती जुलती पतली उंगलियाँ नली भी पतली और खुश्क है चैंगल से आप नलियों का शौक करें नलियाँ माशाल्लाह पट्ठी की में आ रही हैं ये करीब से आपको दिखाता हूँ अगेन आप पट्ठी का चेहरा चेक करें आँख माशाल्लाह बहुत ज़्यादा म्यारी मैं नीचे छोड़ के भी आपको शौक करवाता हूँ कमर की लेंथ बहुत ज़्यादा है पट्ठी की चेहरा बहुत ज़्यादा लंबा है और जिनकी कमर की लेंथ अच्छी हो वो परिंदे अमूमन अच्छे होते हैं हर तरफ से पट्ठी माशाल्लाह म्यारी है उम्मीद है पट्ठी आपको पसंद आएगी ये दूसरी पट्ठी के चेहरे का शौक करें किल्ली ताज है फ्रंट साइड पर इसकी किल्ली है जी चेहरा इसका भी लंबा पट्टी बहुत ज़्यादा चौड़ी है उम्मीद है ये भी पट्ठी आपको पसंद आएगी ये करीब से आप चेक करें ये देखें आप जी ये पट्ठी क्या पल्लों का घेरा चेक करें अंदर वाली कनियाँ कुरीज कर रही है बाहर वाली कनियाँ बहुत ज़्यादा लंबी हैं ये आप देखें पल्ले हैं भी ज़्यादा लंबे भी और चौड़े भी इस पट्ठी की भी नलियाँ चेक करें इसकी भी नलियाँ बहुत ज़्यादा खूबसूरत हैं दरमियानी पतली उंगली काली पीली नली है देखें हल्की चौरस नली खिंचे ऊपर खूबसूरत है उम्मीद है पट्ठी आपको पसंद आएगी इस साइड से आप नली का शौक करें ये करीब से आप देखें जी इस पट्टी का आपको छोड़ के शौक करवाता हूँ ये देखें कमर की लेंथ कितनी ज़्यादा है चेहरे मोरे कद रंग इन पट्टियों के बहुत ही ज़्यादा खूबसूरत है माशाल्लाह ये करीब से आप शौक करें इनकी तीसरी बहन है वो भी मैं आपको दिखाता हूँ जी वो पट्टी भी माशाल्लाह खूबसूरत है ये जी तीसरी बहन के चेहरे का शौक करें आंखों के हुड देखें बड़े खूबसूरत हैं चीरवी आंखें हैं नोका आगे मुड़ा हुआ ये करीब से आप चेक करें उम्मीद है ये भी पट्टी आपको पसंद आएगी आंखों के मियार के साथ साथ चेहरे की पट्टी बहुत ज़्यादा चौड़ी है जी पट्टियाँ माशाल्लाह तीनों ही खूबसूरत है जी भाई की ये पल्लों का घेरा आप चेक करें जी माशाल्लाह कनियाँ देखें कितनी ज़्यादा चौड़ी हैं और लंबी भी काफ़ी ज़्यादा पट्टियों के पल्ले अच्छे हैं इस पट्टी की नलियाँ भी चेक करें जी ऊपर से बिल्कुल स्याह काली नलियाँ ये भी हल्की चौरस ये नीचे से आप देखें पीली काली नली नली का रंग भी खूबसूरत है और नलियाँ खुश्क भी बहुत ज़्यादा हैं जी इस एंगल से आप नलियों का शौक करें उम्मीद है जी ये मादियाँ आपको पसंद आएगी इंशाल्लाह और बहुत जल्दी एंडों पे भी तैयार होने वाली हैं ये दूसरी साइड से पट्टी के चेहरे का शौक करें आँखों का म्यार आप देखें माशाल्लाह इन पट्टियों को खुला छोड़ के आपको शौक करवाता हूँ तीनों पट्टियाँ माशाल्लाह बहुत ज़्यादा हाइटेड चेहरे बोले इनके खूबसूरत हैं ये तीनों पट्टियों का एक साथ आप शौक करें लो जी पट्टियाँ तुहाड़ियां देखियां ने माशाल्लाह बड़िया खूबसूरत ने हाइटा भी वड्डियां ने ए मतलब मुर्गे भी जेड़े इन्हां च बांधदे ने भी वड्डी हाइट दे बांधदे ने वड्डी हाइट दे मुर्गे ए वजन दे हिसाब नाल कोई अंदाज़ा है तकरीबन किन्ने केजी दे बांधदे ने तकरीबन 4.25 किलो दे बांधदे तक 4.25 केजी दे करीब मतलब बंद गद्दी दा असल जेड़ा मोर है वो है भी 3800 ग्राम 4 केजी दा तकरीबन है वे
ਤੇ ਇਹਨਾਂ ਦਾ ਸਟਾਈਲ ਕੀ ਹੈ ਗੇਮ ਦੇ ਵਿੱਚ ਕਿਹੜੇ ਸਟਾਈਲ ਤੇ ਆਉਂਦੇ ਨੇ ਜੀ ਇਹ ਸਰਕਾਰ ਉਤਲੇ ਕਰਾਈ ਰਹਿੰਦੇ ਨੇ ਪਸੇਲਾਂ ਦੇ ਚੜਦੇ ਨੇ ਠੀਕ ਹੈ ਤੇ ਚਿਹਰੇ ਦੀ ਬੜੀ ਹੇਰਫੇਰ ਕਰਦੇ ਨੇ ਮਤਲਬ ਮੂੰਹ ਦੀ ਚਲਾਕੀ ਕਰਦੇ ਨੇ ਉਤਲੇ ਘਰਾਂ ਦੇ ਆਉਂਦੇ ਨੇ ਪਸੇਲਾਂ ਤੇ ਆ ਜਾਂਦੇ ਨੇ ਮਤਲਬ ਥੋੜਾ ਜਿਹਾ ਜਿਵੇਂ ਲਾਕਿੰਗ ਸਟਾਈਲ ਕਹਿ ਸਕਦੇ ਆ ਪਾਕੋ ਦਾ ਵੀ ਬੇਸਿਕ ਸਟਾਈਲ ਹੈ ਜਾਂ ਤੁਰਕਿਸ਼ ਦਾ ਹੀ ਸਟਾਈਲ ਹੈ ਬਿਲਕੁਲ ਠੀਕ ਹੋ ਗਿਆ ਮਤਲਬ ਚਲਾਕ ਪਰਿੰਦਾ ਹੋਵੇ ਤੇ ਆਪਣੀ ਉਹ ਸੇਫਟੀ ਅੱਛੀ ਕਰ ਲੈਂਦਾ ਬਿਲਕੁਲ ਠੀਕ ਹੈ ਨਹੀਂ ਪੱਠੀਆਂ ਦੇਖੀਆਂ ਨੇ ਮਾਸ਼ਾਅੱਲਾ ਪੱਠੀਆਂ ਦਾ ਮੈਨੂੰ ਤਾਂ ਬੜਾ ਮਜ਼ਾ ਆਇਆ ਜੀ ਪੱਠੀਆਂ ਦੀ ਹਾਈਟ ਸਾਈਡ ਅੱਛੀ ਹੈ ਕੰਡਾਂ ਦੀ ਲੈਂਥ ਕੰਡਾਂ ਦੀ ਲੈਂਥ ਜਿਹੜੀ ਹੈ ਨਾ ਜੀ ਉਹ ਅੱਛੇ ਪਰਿੰਦਿਆਂ ਦੀ ਮੇਰੇ ਖਿਆਲ ਨਾਲ ਨਿਸ਼ਾਨੀ ਜਿਹੜੇ ਲਾਮ ਦੇ ਅੱਛੇ ਹੋਣ ਪਰਿੰਦੇ ਤੇ ਉਹ ਸਾਨੂੰ ਚੂਜ਼ਾ ਯਾਰ ਦਿਖਾਓ ਚੂਜ਼ਾ ਤੁਹਾਡਾ ਕਿੱਥੇ ਜੇ ਉਹ ਪਿੱਛੇ ਫਿਰ ਰਿਹਾ ਮੇਰੇ ਖਿਆਲ ਉਹ ਲੈ ਕੇ ਆਓ ਜੀ ਅੱਛਾ ਜੀ ਇਹ ਚੂਜ਼ਾ ਜੀ ਉਸ ਬਾਂਕੇ ਮੁਰਗੇ ਦਾ ਜਿਹੜਾ ਤਿੰਨ ਦਫਾ ਜਿੱਤਿਆ ਹੋਇਆ ਅੱਛਾ ਤੇ ਜਿਹੜੀ ਇਹਦੀ ਮਾਂ ਸੀ ਉਹ ਕਿਹੜੇ ਪਰਿੰਦਿਆਂ ਦੇ ਵਿੱਚੋਂ ਤੁਸੀਂ ਨਾਲ ਲਾਈ ਸੀ ਉਹ ਸਾਡੇ ਕੋ ਦੋਸਤ ਰਹਿੰਦੇ ਨੇ ਹੰਗੂ ਠੀਕ ਹੈ ਤੇ ਉਹਨਾਂ ਨੇ ਖੁੱਲਿਆਂ ਜੀ ਮਾਦੀ ਕਲਾਈ ਸੀ ਉਹ ਲਾਈ ਸੀ ਉਸ ਮੁਰਗੇ ਦਾ ਮਤਲਬ ਖੁੱਲੇ ਕੰਡਿਆਂ ਵਾਲੀ ਹੀ ਮਾਦੀ ਲੱਗੀ ਹਾਂਜੀ ਮਤਲਬ ਬਾਪ ਜੇ ਬੰਦ ਗੱਦੀ ਔਰ ਖੁੱਲੇ ਕੰਡਿਆਂ ਵਾਲੇ ਦਾ ਮਿਕਸ ਅਪ ਸੀ ਔਰ ਜਿਹੜੀ ਮਾਂ ਸੀ ਪਿਓਰ ਉਹ ਮਤਲਬ ਮੀਆਂ ਵਾਲੀ ਅਸੀਂ ਕਹਿ ਸਕਦੇ ਹਾਂ ਉਹਨੂੰ ਹਾਂਜੀ ਪਿਓਰ ਬਿਲਕੁਲ ਠੀਕ ਹੈ ਚੂਜ਼ਾ ਮਾਸ਼ਾਅੱਲਾ ਸੋਹਣਾ ਬਣਿਆ ਜੀ ਹਾਂਜੀ ਜੀ ਦੋਸਤੋ ਕੇ ਸਾਥ ਗੱਪਸ਼ਪ ਅੱਛੀ ਹੋ ਗਈ ਹੈ ਪਰਿੰਦੇ ਮਾਸ਼ਾਅੱਲਾ ਭਾਈਓ ਕੇ ਬਹੁਤ ਖੂਬਸੂਰਤ ਹੈ ਪੱਠੀਆਂ ਮੈਨੂੰ ਜ਼ਾਤੀ ਤੌਰ ਤੇ ਬੜੀ ਪਸੰਦ ਆਈ ਹੈ ਨੈਕਸਟ ਇਨਸ਼ਾਅੱਲਾ ਵੀਡੀਓ ਲੈ ਕੇ ਹਾਜ਼ਰ ਹੋਤਾ ਹੂੰ ਮੈਨੂੰ ਇਜਾਜ਼ਤ ਦੇ ਬਹੁਤ ਸ਼ੁਕਰੀਆ ਅਸਲਾਮੁਅਲੈਕੁਮ